ਬਿਆਕੁਲ ਦਿਲ ਨੇ ਬਿਆਕੁਲ ਹੀ ਰੱਖਿਆ, ਭਾਵੁਕ ਮਨ ਨੇ ਬੜੀ ਭਾਵਨਾ ਮਨ ਸੱਠਾਂ ਦੀ ਦੇਖੀ। ਔਰ ਮੈਂ ਅਗੰਮੀ ਸੋਚਾਂ ਵਿੱਚ ਪੈ ਬਿਨਾਂ ਰਿਜ਼ਾਇਨ ਕੀਤਿਆਂ ਬਿਨਾਂ ਦੱਸਿਆ ਵਾਪਸ ਅਲਵਰ ਆ ਗਿਆ। ਪਿਤਾ ਨੇ ਕਿਹਾ, ਮੈਂ ਤੈਨੂੰ ਪਹਿਲੇ ਕਿਹਾ ਸੀ ਤੂੰ ਕੰਮ ਨਹੀਂ ਕਰ ਸਕੇਗਾ। ਮੈਂ ਕਿਹਾ ਮੇਰੇ ਕੋਲ ਕੋਈ ਭਾਰਾ ਕੰਮ ਨਹੀਂ ਲੈਂਦੇ ਸਨ, ਸਿਰਫ ਸਿਖਾਉਂਦੇ ਸਨ, ਪਰ ਕੀ ਕਰਾਂ ਮੇਰਾ ਮਨ ਨਹੀਂ ਲੱਗਦਾ ਸੀ ਪੰਜ ਦਸ ਦਿਨ ਰਹਿਣ ਤੋਂ ਬਾਅਦ ਇੱਕ ਦਿਨ ਪਿਤਾ ਨੇ ਕਿਧਰੇ ਸਖਤ ਲਹਿਜੇ ਚ ਕਹਿ ਦਿੱਤਾ, ਫਿਰ ਕੀ ਕਰੇਗਾ, ਬੱਕਰੀਆਂ ਚਾਰੇਗਾ, ਖੋਤੇ ਚਾਰੇਗਾ, ਚੰਗਾ ਕੰਮ ਲੱਗਿਆ ਸੀ ਛੋੜ ਆਇਆ, ਔਰ ਪੜ੍ਹਾਈ ਤੋਂ ਕਰਦਾ ਨੇ ਫਿਰ ਕੀ ਖੋਤੇ ਚਾਰੇਗਾ। ਅੱਜ ਤੱਕ ਇਸ ਤਰ੍ਹਾਂ ਦੇ ਬੋਲ ਮੈਂ ਸੁਣਿਆ ਨਹੀਂ ਸੀ। ਮੈਂ ਪਿਆਰ ਦਾ ਕੇਂਦਰ ਬਣਿਆ ਹੋਇਆ ਸੀ ਇਕਲੌਤਾ ਲੜਕਾ ਹੋਣ ਕਰਕੇ, ਸਾਰੀ ਰਾਤ ਕਦੀ ਅੱਖਾਂ ਰੋਂਦੀਆਂ ਸਨ ਕਦੀ ਦਿਲ ਰੋਂਦਾ ਸੀ, ਮੈਂ ਸੋ ਵੀ ਨਾ ਸੀ। ਅੱਧੀ ਰਾਤ ਹੀ ਸੀ, ਸੁੱਤੀ ਹੋਈ ਭੈਣ ਇੱਕ ਕਮਰੇ ਚ ਜੋ ਮਕਾਨ ਸਾਨੂੰ ਕਲੇਮ ਵਿੱਚ ਮਿਲਿਆ ਸੀ, ਸੁੱਤੀ ਹੋਈ ਮਾਂ ਔਰ ਪਿਤਾ ਉਹਨਾਂ ਦੇ ਪੈਰਾਂ ਤੇ ਮੱਥਾ ਟੇਕ ਮੈਨੂੰ ਪਤਾ ਸੀ ਬਹੁਤ ਰੋਣਗੇ ਬਹੁਤ ਰੋਣਗੇ, ਪਰ ਮੈਂ ਕੀ ਕਰਾਂ, ਮੈਂ ਵੀ ਤੇ ਰੋ ਰਿਹਾ ਸੀ ਮੈਂ ਵੀ ਤੇ ਦੁਖੀ ਸੀ। ਇਤਨੀ ਮਾਨਸਿਕ ਪੀੜਾ ਇੱਕ ਛੋਟੀ ਜਿਹੀ ਉਮਰ ਵਿੱਚ ਉਸਨੇ ਮੈਨੂੰ ਬੇਹਾਲ ਕਰ ਦਿੱਤਾ ਸੀ। ਪਰ ਮੈਨੂੰ ਪਤਾ ਸੀ ਮੇਰੇ ਤੇ ਸਦਕੇ ਜਾਣ ਵਾਲਾ ਇਹ ਪਿਤਾ ਬਹੁਤ ਤੜਪੇਗਾ, ਮੇਰੇ ਤੋਂ ਕੁਰਬਾਨ ਜਾਣ ਵਾਲੀ ਇਹ ਮਾਂ ਬਹੁਤ ਰੋਏ, ਇੱਕੋ ਇੱਕ ਭਰਾ ਤੇ ਮਾਣ ਕਰਨ ਵਾਲੀ ਭੈਣ ਨਿਮਾਣੀ ਹੋ ਜਾਏਗੀ। ਪਰ ਮੈਂ ਤਰਾਜ਼ੂ ਦੇ ਦੋ ਪੱਲੜਿਆਂ ਤੇ ਕਦੀ ਮਾਂ ਬਾਪ ਦੀ ਪੀੜਾ ਤੇ ਕਦੀ ਭੈਣ ਦੀ ਪੀੜਾ ਤੇ ਕਦੀ ਆਪਣੀ ਵਿਆਕੁਲਤਾ ਨੂੰ ਤੋਲਦਾ ਰਿਹਾ ਤੋਲਦਾ ਰਿਹਾ। ਔਰ ਮੇਰੀ ਵਿਆਕੁਲਤਾ ਦੀ ਪੀੜਾ ਲਈ ਪੱਲੜਾ
ਬਾਹਰ ਹੀ ਰਿਹਾ। ਮੈਂ ਚੱਲ ਪਿਆ ਅੰਮ੍ਰਿਤ ਵੇਲੇ, ਇੱਕ ਟ੍ਰੇਨ ਦਿੱਲੀ ਨੂੰ ਜਾਂਦੀ ਸੀ, ਪੈਸੰਜਰ ਮੈਂ ਬੈਠ ਗਿਆ। 6-7 ਘੰਟਿਆਂ ਬਾਅਦ ਦਿੱਲੀ ਪਹੁੰਚਿਆ। ਗੁਰਦੁਆਰਾ ਸੀਸ ਗੰਜ ਸਾਹਿਬ ਮੱਥਾ ਟੇਕਿਆ, ਤਿਆਗੀ ਬੈਰਾਗੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਅੱਗੋਂ ਮੈਂ ਆਪਣਾ ਰੋਣਾ ਰੱਖਿਆ। ਔਰ ਜੇਬ ਵਿੱਚ ਕੁੱਲ 12 ਰੁਪਏ ਸਨ, ਹੋਰ ਕੁਛ ਨਹੀਂ ਸੀ। 3 ਰੁਪਏ ਦੀ ਮੈਂ ਟਿਕਟ ਲਈ ਭਰਤਪੁਰ ਉਪਰਿਆ। ਗੁਰਦੁਆਰੇ ਗਿਆ, ਗ੍ਰੰਥੀ ਇੱਕ ਬਜ਼ੁਰਗ ਔਰ ਬੜਾ ਰਸਕ ਆਰੰਭ ਰਸਨਾ ਤੇ ਸਤਨਾਮ ਵਾਹਿਗੁਰੂ ਦਾ ਉਚਾਰਨ ਕਰਨ ਵਾਲਾ ਮੈਂ ਪੈਰੀ ਪਿਆ ਔਰ ਆਖਿਆ, ਬਾਬਾ ਮੈਂ 2-4 ਦਿਨ ਰਹਿਣਾ। ਕਹਿਣ ਲੱਗੇ ਰਹੋ, ਰਾਤ ਪੈਣ ਲੱਗੀ, ਹਲਕਾ ਜਿਹਾ ਥੋੜ੍ਹਾ ਜਿਹਾ ਸਤਸੰਗ ਹੁੰਦਾ ਸੀ, ਉਹ ਗ੍ਰੰਥੀ ਸਿੰਘ ਪਾਠ ਕਰ ਲੈਂਦਾ ਸੀ। ਇੱਕ ਸ਼ਬਦ ਪੜਿਆ, ਨਾਰਾਇਣ ਦਾ ਸੁਖਾਸਨ ਕੀਤਾ, ਕੀਰਤਨ ਸੋਹਲੇ ਦਾ ਪਾਠ ਹੋਇਆ, ਸਮਾਪਤੀ ਹੋਈ। ਗ੍ਰੰਥੀ ਸਿੰਘ ਜੈਸੇ ਆਪਣੇ ਘਰ ਨੂੰ ਜਾਣ ਲੱਗਾ, ਮੈਨੂੰ ਕਹਿਣ ਲੱਗਾ, ਕਾਕਾ ਤੂੰ ਲੰਗਰ ਪਾਣੀ ਛਕਿਆ? ਮੈਂ ਕਿਹਾ ਨਹੀਂ। ਆਇਆ ਕਿੱਥੋਂ ਹੈ? ਦਿੱਲੀ ਤੋਂ ਆਇਆ। ਮੇਰੇ ਹੋਂਠ ਤੇ ਚਿਹਰੇ ਨੂੰ ਦੇਖ ਕੇ ਕਹਿਣ ਲੱਗਾ, ਲੱਗਦਾ ਤੂੰ ਕੁਛ ਸਵੇਰੇ ਦਾ ਹੀ ਨਹੀਂ ਖਾਧਾ। ਮੈਂ ਕਿਹਾ ਨਹੀਂ ਖਾਧਾ। ਕੋਈ ਕਦ ਮੁਸਾਫਰ ਆ ਜਾਂਦਾ ਸੀ ਤੇ ਲੰਗਰ ਬਣਦਾ ਸੀ, ਨਹੀਂ ਤੇ ਨਹੀਂ ਬਣਦਾ ਸੀ। ਉਸ ਦਿਨ ਕੋਈ ਹੋਰ ਮੁਸਾਫਰ ਨਹੀਂ ਸੀ, ਪਰ ਲਾਂਗਰੀ ਸਿੰਘ ਦੀ ਨਿਗਾਹ ਚ ਮੈਂ ਨਾ ਆਇਆ। ਬਾਬੇ ਨੇ ਜੋ 4 ਪ੍ਰਸ਼ਾਦੇ ਰੱਖੇ ਹੋਏ ਸਨ ਲੰਗਰ ਦੇ ਵਿੱਚੋਂ, ਉਹ ਵੀ ਇਕੱਲੇ ਰਹਿੰਦੇ ਸਨ, 2 ਮੈਨੂੰ ਦੇ ਦਿੱਤੇ ਔਰ ਉੱਪਰ ਸਬਜ਼ੀ ਰੱਖ ਦਿੱਤੀ। ਮੈਂ ਖਾ ਕੇ ਸੌਂ ਗਿਆ। ਵੇਲੇ ਉੱਠਿਆ,
ਇਸ਼ਨਾਨ ਕੀਤਾ, ਗੁਰੂ ਅੱਗੇ ਜੋਗੜੀ ਕੀਤੀ, ਦਾਤਾ ਮੇਰਾ ਭਵਿਸ਼ ਕੀ ਹੈ, ਮੇਰਾ ਭਵਿਸ਼ ਕੀ ਹੈ, ਜਾਂ ਤੇ ਮੈਨੂੰ ਕੋਈ ਢੰਗ ਦਾ ਕੰਮ ਕਾਰ ਮਿਲੇ। ਪਰ ਇਤਨਾ ਮੈਨੂੰ ਪਤਾ ਸੀ ਜੋ ਮੈਂ ਮੰਗ ਰਿਹਾ ਗਲਤ ਮੰਗ ਰਿਹਾ, ਕਿਉਂਕਿ ਮਨ ਕਿਧਰੇ ਵੀ ਲੱਗਣਾ ਨਹੀਂ ਸੀ, ਲੱਗਣਾ ਨਹੀਂ ਸੀ। ਯਾ ਹੈ ਪ੍ਰਭੂ ਆਪਣੇ ਚਰਨਾਂ ਨਾਲ ਜੋੜ, ਜਦ ਠੰਡੇ ਨੂੰ ਫੇਰਿਆ। ਬਾਬਾ ਗ੍ਰੰਥੀ ਸਿੰਘ ਕਹਿਣ ਲੱਗੇ, ਬੇਟਾ ਮੁਸਾਫ਼ਰ ਨੂੰ ਇਜਾਜ਼ਤ 3 ਦਿਨ ਦੀ ਹੈ, ਹੋਰ ਰਹਿਣਾ ਹੀ ਤੇ ਪ੍ਰਧਾਨ ਸਾਹਿਬ ਜਦ ਅੱਜ ਆਉਣਗੇ ਤੇ ਉਹਨਾਂ ਕੋਲ ਪੁੱਛ ਲੈ। ਮੈਂ ਕਿਹਾ ਬਾਬਾ ਜੀ ਪੁੱਛਣ ਦੀ ਲੋੜ ਨਹੀਂ, ਮੈਂ ਚਲਾ ਜਾਂਦਾ। ਹੈਰਾਨਗੀ ਮੈਨੂੰ ਹੋਈ, ਮੇਰੇ ਜਾਣ ਤੇ ਉਸ ਬਾਬੇ ਦੀ ਅੱਖਾਂ ਵੀ ਛਲਕੀਆਂ। ਪਤਾ ਨਹੀਂ ਕੋਈ ਪੁਰਾਣੀ ਕੀ ਸਾਂਝ ਸੀ, ਪਰ ਮੇਰੇ ਮਨ ਵਿੱਚ ਵੀ ਭਾਵੇਂ ਮੈਂ ਅੱਜ 68 ਸਾਲ ਦਾ ਹੋ ਗਿਆ, ਉਸ ਬਾਬੇ ਦੀ ਛਲਕ ਦੀ ਅੱਖ ਓਝਲ ਨਹੀਂ ਆਉਂਦੀ। ਮੈਂ ਰੇਲਵੇ ਸਟੇਸ਼ਨ ਤੇ ਆ ਕੇ ਵਿਦਆਊਟ ਟਿਕਟ ਬੈਠ ਗਏ। ਬੰਬੇ ਪਹੁੰਚ ਗਿਆ, ਕਿਸ ਤਰ੍ਹਾਂ ਮੈਂ ਟੀਟੀ ਤੋਂ ਬਚਦੇ ਹੋਇਆ, ਕਿਸ ਤਰ੍ਹਾਂ ਮੈਂ ਗੇਟ ਪਾਰ ਕੀਤਾ, ਔਰ ਕਿਸ ਤਰ੍ਹਾਂ ਮੈਂ ਦਾਦਰ ਰੇਲਵੇ ਸਟੇਸ਼ਨ ਤੇ ਉਤਰ ਕੇ ਪੈਦਲ ਗੁਰਦੁਆਰੇ ਤੱਕ ਪਹੁੰਚਿਆ। ਖੁੱਲੇ ਨਲਕੇ ਤੇ ਇਸ਼ਨਾਨ ਪਾਨ ਕਰ, ਥੋੜਾ ਜਿਹਾ ਨਿਤਨੇਮ ਕਰ, ਭੁੱਖ ਲੱਗੀ ਹੋਈ ਸੀ। ਗ੍ਰੰਥੀ ਸਿੰਘ ਨੂੰ ਪੁੱਛਿਆ, ਇੱਥੇ ਲੰਗਰ ਨਹੀਂ ਚੱਲਦਾ? ਕਹਿਣ ਲੱਗੇ, ਲੰਗਰ ਬੰਬੇ ਵਿੱਚ ਹੀ ਚੱਲਦਾ, ਜੋ ਦੀ ਵੱਡੀ ਬ੍ਰਾਂਚ ਹੈ ਸ੍ਰੀ ਗੁਰੂ ਸਿੰਘ ਸਭਾ, ਇੱਥੇ ਨਹੀਂ ਚੱਲਦਾ। ਕਹਿਣ ਲੱਗੇ, ਕੋਲੀਵਾੜਾ ਨਾਲ ਹੈ, ਉੱਥੇ 2-3 ਗੁਰਦੁਆਰੇ ਨੇ, ਇੱਕ ਗੁਰਦੁਆਰਾ ਉੱਥੇ ਲੰਗਰ ਚੱਲਦਾ ਹੈ। ਪੁੱਛ ਕੇ ਮੈਂ
ਇਲੈਕਟ੍ਰਿਕ ਟ੍ਰੇਨ ਉਹਦੇ ਚ ਬੈਠ ਕੇ ਬੰਬੇ ਵਿਟੀ ਚਲਾ ਗਿਆ ਗੁਰਦੁਆਰੇ ਪਹੁੰਚ ਗਿਆ ਲੰਗਰ ਤੇ ਮਿਲ ਗਿਆ ਪਰ ਉਹਨਾਂ ਨਾਂ ਲਿਖਿਆ ਵੀ 3 ਦਿਨ ਹੀ ਲੰਗਰ ਮਿਲੇਗਾ ਉਂਝ ਨਹੀਂ ਬਾਅਦ ਵਿੱਚ ਨਹੀਂ